हाँ जी दोस्तों, छोटे भाई यार आया सा जनाब, हूँ आके इन्हू मिले हैं जनाब। सवेर का ये अपने मौज मस्तियों से अपनी रिश्तेदारियाँ भगता रहा जरा, हूँ आए सा भाई यार छोटे। की हाल है जनाब? शुक्र अल्लाह पाक दा, तुसीं सुनाओ कैसे? ठीक ठाक अल्लाह दा करम। हाँ जी हसन भाई, हसन थक गया हूँ। हाय आदिया, अपना क्या हाल चाल है? ठीक है चलो जी, अल्लाह खैर रखे ते बच्चे नु जरा मिल मुल के ते चलदे हैं जी। अल्लाह खैर रखे, फिर तुहानू अगली दूसरे पार्ट दे विच सारे दस्ते जिहड़े दोस्त दास आया सारा कुछ मिलाने हैं जी। की ईद दी अज तैयारी चल रही? सो भाई नु मिल लिया माशाल्लाह जी, भाई दे कोलो पानी शानी भी पी लिया। ईद देती बेटा, तेनू बहुत दुआवां दित्तियां तेनू, ਹੈ ਇੰਨੀਆਂ ਦਵਾਵਾਂ ਤੈਨੂੰ ਕਿਸੇ ਨੇ ਨਹੀਂ ਆਈ ਸਾਰੀ ਐ ਕਰਦੇ ਭਾਵੇਂ ਉਂਗਲੀਆਂ ਤੇਰੀਆਂ ਦਰਦ ਕਰਦਾ ਜਿਹੜੀ ਇਹ ਗੱਲ ਆ ਕਹਿ ਰੱਖੇ ਜੀ ਕਿੱਥੇ ਹੁੰਦੇ ਭਰਾ ਲਓ ਜੀ, ਮੈਂ ਬੱਚਿਆਂ ਨੂੰ ਸਾਰਿਆਂ ਨੂੰ ਈਦ ਦੇਤੀ। ਮੇਰਾ ਛੋਟਾ ਘਰ ਆ, ਮੇਰਾ ਛੋਟਾ ਭਾਈ ਆ, ਮੇਰੀ ਛੋਟੀ ਭਰਜਾਈ ਦਾ ਘਰ ਆ, ਉਹਨਾਂ ਨੂੰ ਵੀ ਈਦ ਦੇ ਦਿੱਤੀ, ਸਾਰਿਆਂ ਬੱਚਿਆਂ ਨੂੰ ਦੇ ਦੂ ਦਿੱਤੀ। ਤੇ ਇਨਸ਼ਾਅੱਲਾ ਜੀ ਹੁਣ ਅਗਲੇ ਪਾਸੇ ਚੱਲਦੇ ਆ, ਫਿਰ ਜਾ ਕੇ ਵੇਚਦੇ। ਠੀਕ ਆ ਜੀ, ਅੱਲਾ ਹਾਫਿਜ਼। ਅਸਲਾਮੁਅਲੈਕੁਮ। ਹਾਂਜੀ ਜਨਾਬ, ਰਾਣਾ ਸਾਹਿਬ ਦੀ ਫੈਕਟਰੀ ਅਸੀਂ ਆ ਗਏ ਜਨਾਬ, ਤੇ ਇੱਥੇ ਵੀ ਦੋਸਤ ਬੈਠੇ ਆ ਜ਼ਰਾ, ਦੋਸਤਾਂ ਨੂੰ ਬੱਕਰ ਭਾਈ ਆਪਣੇ ਕੋਲ। ਅਸਲਾਮੁਅਲੈਕੁਮ ਜੀ, ਖੈਰ ਮੁਬਾਰਕ ਜੀ। ਹੋਰ ਬੱਕਰ ਭਾਈ ਸਾਹਿਬ? ਅਲਹਮਦੁਲਿਲਾ, ਅੱਲਾ ਦਾ ਸ਼ੁਕਰ ਸਰ, ਠੀਕ ਠਾਕ ਸਭ ਠੀਕ ਠਾਕ। ਮਾਲਾ ਖੈਰ ਰੱਖੇ ਜੀ। ਬੱਕਰ ਭਾਈ ਸਾਡੇ ਦੋਸਤ ਬੜੇ ਅੱਛੇ, ਤੇ ਜਨਾਬ ਅੰਦਰ ਛਾਪਾ ਮਾਰਦੇ ਆ ਬੰਦੇ ਕੀ ਕਰ ਰਹੇ ਆ। ਹੈ ਜੀ, ਮਾਸ਼ਾਅੱਲਾ ਮਾਸ਼ਾਅੱਲਾ ਮਾਸ਼ਾਅੱਲਾ। ਅਸਲਾਮੁ ਅਲੈਕੁਮ ਜੀ, ਅਸਲਾਮੁ ਅਲੈਕੁਮ ਜੀ, ਮੁਬਾਰਕ ਜੀ, ਖੈਰ ਜੀ ਖੈਰ। ਹੋਰ ਜੀ ਭਾਈ ਜੀ ਠੀਕ ਠਾਕ? ਰਾਜੀ ਬਾਜੀ ਆਸਫ ਭਾਈ ਜੀ ਆਪਣੇ ਦੋਸਤ ਬਹੁਤ ਅੱਛੇ। ਮਾਸ਼ਾਅੱਲਾ ਬਲਾਲ ਭਾਈ, ਈਦ ਮੁਬਾਰਕ ਜੀ। ਕੀ ਹਾਲ ਆ ਬਲਾਲ ਭਾਈ, ਠੀਕ ਠਾਕ? ਰਾਜੀ ਆਪਣੀ ਮਾਤਾਰੀ ਨਾਲ ਵੇਖ ਕੇ ਦੱਸਿਓ ਕੌਣ ਚਾਚਾ ਤੇ ਕੌਣ ਚਾਚਾ ਲੱਗ ਰਿਹਾ। ਵਾਹਿਗੁਰੂ ਜੀ, ਕੀ ਹਾਲ ਚਾਲ? ਠੀਕ ਠਾਕ ਜੀ, ਮਹਾਰਾਜ ਜੀ ਖੈਰ। ਰਾਣਾ ਸਾਹਿਬ ਬਿਸਮਿਲਾ ਜੀ। ਹੋਰ ਜੀ ਰਾਣਾ ਸਾਹਿਬ ਠੀਕ ਠਾਕ ਜੀ? ਮਾਸ਼ਾਅੱਲਾ ਜੀ ਮਾਸ਼ਾਅੱਲਾ, ਨਫਲਾਂ ਲੱਗੀਆਂ ਪੂਰੀਆਂ, ਮਜ਼ੇ ਮਜ਼ੇ। ਸ਼ਾਹ ਸਾਹਿਬ ਬੈਠੇ, ਵਾਰੇ ਵਾਹ ਤੇ ਨਾਤਾ ਗੱਜਾ ਵੀ ਨਾਤਾ ਕਲਰ ਵੀ ਲੱਗਾ ਜੀ। ਕਿਉਂ ਜੀ ਬਲਾਲ ਸਾਹਿਬ, ਬੇਲੀ ਤੇਰਾ ਖਾਸ ਬੇਲੀ ਆ, ਰੰਗ ਲਵਾਇਆ ਅੱਜ ਤੇ ਪੱਟੀ ਨੇ ਲਾਇਆ, ਪੱਟੀ ਨੇ ਬੁਰਸ਼ ਦੇ ਨਾਲ ਕੀ ਪਾ ਰੰਗ ਕੀਤਾ ਅੱਜ, ਨਹੀਂ ਤੇ ਨਹੀਂ ਲਾਇਆ, ਉਹ ਰੰਗ ਸਾਲ ਨੇ ਲਾਇਆ ਜੀ, ਪੱਟੀ ਨੇ ਛੋਟੇ ਬੁਰਸ਼ ਦੇ ਨਾਲ, ਛੋਟੇ ਬੁਰਸ਼ ਨਾਲ ਦਾਗ ਨਾ ਲੱਗੇ, ਬੜੇ ਹਿਸਾਬ ਦੇ ਨਾਲ, ਪਰ ਲੱਗ ਫਿਰ ਵੀ ਗਿਆ। ਇਹ ਜੀ ਨੰਬਰ ਜਨਾਬ ਸਹੀ ਸਾਹਿਬ, ਹੋਰ ਜੀ ਸਹੀ ਸਾਹਿਬ ਠੀਕ ਠਾਕ? ਮਾਲਕ ਖਿਆਲ ਰੱਖੇ ਜੀ, ਬਾਰਾਂ ਹਲੇ ਜੀ ਤਿਆਰ ਕਰ ਦਰਫਾ ਗੁਲਾਲ ਸਾਹਿਬ ਜੀ ਸਾਡੇ ਨਾਲ ਖਲੋਤੇ, ਈਦ ਮਿਲ ਲਈ ਇਹਨਾਂ? ਅੱਛਾ ਜੀ, ਚਲੋ ਅੱਲਾ ਦੀ ਜ਼ਾਤ ਪਾਕ ਸਹੀ ਸਾਹਿਬ ਵਾਸਤੇ ਯਾਰ ਅੱਜ ਸਪੈਸ਼ਲ ਦਿਨ ਸਾਡਾ ਇਹ ਆ ਸ਼ਾਹ ਜੀ, ਕਿ ਚਲੋ ਇਹਦੀ ਈਦ ਜਿਹੜੀ ਨਾ ਸ਼ਾਹ ਜੀ, ਉਹ ਪਹਿਲੀ ਹੁਣ ਏਦਾਂ ਹੀ ਗੁਜ਼ਰ ਰਹੀ ਆ, ਫਿਰ ਦੁੱਖ ਦੇ ਵਿੱਚ ਕੰਮ ਚ ਗੁਜ਼ਰ ਰਹੀ ਆ ਜੀ, ਮੁਫਲ ਫਰਮਾਏ ਸਾਰੇ ਦੋਸਤਾਂ ਦੀ ਦੁਆ ਹੈ, ਅਸੀਂ ਅੱਜ ਗਏ ਸੀ ਭਾਈ ਤੁਹਾਡੇ ਘਰ, ਅੱਜ ਹਾਂਜੀ ਬੱਚਾ ਤੁਹਾਡਾ ਵੱਡਾ ਮਿਲਿਆ ਸੀ, ਅੱਗੇ ਅਫਸੋਸ ਕੀਤਾ ਦਾਦੇ ਦਾ, ਮਿਹਰਬਾਨੀ ਸ਼ੁਕਰੀਆ।
ਅਸੀਂ ਸਾਨੂੰ ਇੱਥੇ ਹੁਣ ਟਾਈਮ ਹੀ ਹੋ ਜਾਂਦਾ ਹੈ ਮੈਂ ਫਿਰ ਉੱਥੇ ਡਿਊਟੀ ਤੇ ਸੀ ਨਾ ਛੁੱਟੀ ਕਰ ਲਾ ਮੈਨੂੰ ਪਤਾ ਨਹੀਂ ਸੀ ਘਰ ਦਾ ਗਲੀ ਦਾ ਪਤਾ ਸੀ ਤੋ ਮੈਂ ਜਿਸ ਬਾਬੇ ਨੂੰ ਪੁੱਛਿਆ ਨਾ ਅਗੋ ਕਹਿੰਦੇ ਬਾਬਾ ਖੁਸ਼ੀ ਮੁਹੰਮਦ ਜੀ ਮੈਨੂੰ ਯਾਦ ਆ ਗਿਆ ਮੈਂ ਕਹਿੰਦਾ ਬਜ਼ੁਰਗ ਸਾਡੇ ਵੀ ਬਜ਼ੁਰਗ ਸੀ ਮੈਂ ਕਹਿੰਦਾ ਬਿਲਕੁਲ ਆ ਗਈ ਸੀ ਖੁਸ਼ੀ ਮੁਹੰਮਦ ਜੀ ਦਵਾਈ ਕਰਨੀ ਹੈ ਪਛਾਣ ਨਾਲ ਦੇ ਬਸ ਸੇਮ ਸੇ ਮੇਰੇ ਬੁੜੇ ਵਾਲਾ ਨਾਮ ਖੁਸ਼ੀ ਮੁਹੰਮਦ ਬਜ਼ੁਰਗਾਂ ਨੂੰ ਯਾਦ ਰੱਖਣਾ ਬਹੁਤ ਜ਼ਰੂਰੀ ਚੀਜ਼ ਹੈ ਯੈਸ ਸਰ ਉਹ ਟਾਈਮ ਵੀ ਸਾਡੇ ਨਾਲ ਨੇ ਹਾਂਜੀ ਨੇਮ ਸਰ ਹੋਰ ਸੁਣਾਓ ਹਾਂਜੀ ਸਭ ਖੈਰੀਆ ਸਹੀ ਸਾਹਿਬ ਆਪਣੇ ਜੀ ਸਾਰੀ ਦਿਹਾੜੀ ਹਾਂਜੀ ਦਿਹਾੜੀ ਕਿਦਾਂ ਗੁਜ਼ਰੀ ਜੀ ਸਹੀ ਸਾਹਿਬ ਸਾਡੇ ਕੋਲ ਆਏ ਜਨਾਬ ਈਦ ਸਾਰੀ ਦਿਹਾੜੀ ਕਿਉਂਕਿ ਇਹ ਵੀ ਕਿਤੇ ਸ਼ੈਫ ਹੈਗੇ ਨੇ ਤੇ ਸਾਰਾ ਦਿਨ ਇਹਨਾਂ ਦਾ ਜ਼ਹਰ ਉਹਨਾਂ ਦੀ ਮਸਰੂਫੀਆਤ ਦੀ ਈਦ ਇਹਨਾਂ ਦੀ ਜਿਹੜੀ ਛੁੱਟੀ ਨਹੀਂ ਹੁੰਦੀ ਕਿਉਂਕਿ ਵੱਡੇ ਲੋਕਾਂ ਦੇ ਨਾਲ ਜਦੋਂ ਰਹਿਣਾ ਨਾ ਥੋੜ੍ਹਾ ਜਿਹਾ ਸ਼ਾਹ ਜੀ ਮੁਸ਼ਕਲ ਹੁੰਦਾ ਤੇ ਇਸ ਵਜ੍ਹਾ ਤੋਂ ਚਲੋ ਇਹ ਇਸ ਟਾਈਮ ਸਾਡੇ ਕੋਲ ਆ ਗਏ ਇਹ ਵੀ ਵੈਲਕਮ ਜਨਾਬ ਕੋਈ ਨਹੀਂ ਸਹੀ ਸਾਹਿਬ ਦੋਸਤੋ ਮੈਂ ਨਾ ਘਰ ਆਇਆ ਦੋਸਤਾਂ ਚ ਉੱਠ ਕੇ ਤੇ ਫਿਜ਼ਾਨ ਕਹਿੰਦਾ ਚਾਚੂ ਜੀ ਬੱਦਲਾਂ ਦੇ ਵਿੱਚ ਬੜੀ ਪਿਆਰੀ ਕੋਈ ਲਾਈਟਾਂ ਜਿਹੜੀਆਂ ਜਿਹੜੀਆਂ ਘੁੰਮ ਰਹੀਆਂ ਨੇ ਦੋ ਤਿੰਨ ਹਾਂ ਦੋਸਤੋ ਇਹ ਨਜ਼ਰ ਆਉਂਦੀਆਂ ਜਿਹੜੀਆਂ ਲਾਈਟਾਂ ਬੱਦਲਾਂ ਦੇ ਵਿੱਚ ਕਿੰਨੀਆਂ ਹੀ ਨੇ ਦੇਖੋ ਕਿਹੜੀ ਚੀਜ਼ ਐਸੀ ਹੋ ਸਕਦੀ ਇਹ ਦੇਖਿਆ ਇਹ ਦੇਖੋ ਹਵਾਈ ਦੇ ਲੱਗਦਾ ਕਿਹੜੀ ਐਸੀ ਕੋਈ ਚੀਜ਼ਾਂ ਨੇ ਜੇ ਜਿਵੇਂ ਜਾਂ ਕੋਈ ਬੱਦਲ ਦੇ ਉੱਪਰਲੀ ਸਾਈਡ 'ਤੇ ਇਹ ਦੇਖੋ ਲਾਈਟ ਦੁਮਾ ਕਦੀ ਕਿਸੇ ਪਾਸੇ ਘੁੰਮ ਰਹੀਆਂ ਕਦੀ ਕਿਸੇ ਪਾਸੇ ਘੁੰਮ ਰਹੀਆਂ ਦੇਖੋ ਇਹ ਦੇਖੋ ਗੌਰ ਨਾਲ ਦੇਖ ਰਹੇ ਜੀ ਤੁਸੀਂ ਇਹ ਦੇਖੋ ਇਹ ਦੇਖੋ ਹੁਣ ਵਾਜਿਆ ਨਜ਼ਰ ਆ ਰਹੀ ਹੈ ਇਹ ਦੇਖੋ ਇਹ ਵੀ ਨਹੀਂ ਕਹਿ ਸਕਦੇ ਕੋਈ ਪਰਿੰਦੇ ਹੈ ਦੂਜੀ ਲਾਈਟ ਦੀ ਐਡੀ ਸਰੋਈ ਨਹੀਂ ਜਾਂਦੀ ਹੈ ਦੇਖੋ ਜੀ ਨਜ਼ਰ ਆ ਰਹੀ ਹੈ ਦੇਖੋ ਹੈ ਮਾਲਕ ਹੀ ਜਾਣਦਾ ਜੀ ਕੀ ਹੈ ਚੱਕਰ ਵਰਨਾ ਬੱਦਲਾਂ ਦੇ ਉੱਤੇ ਇਸ ਤਰ੍ਹਾਂ ਕੋਈ ਲੈਟ ਥੱਲੋਂ ਜ਼ਮੀਨ ਦੀ ਕੋਈ ਵਾਈਜ ਨਹੀਂ ਸਕਦੀ ਉੱਪਰ ਨੂੰ ਜਾਂ ਕੋਈ ਪਰਿੰਦੇ ਵੀ ਨਹੀਂ ਨਜ਼ਰ ਆ ਰਹੇ ਹਾਂਜੀ ਦੇਖੋ ਹਵਾਈ ਸਾਫ ਨਜ਼ਰ ਆ ਰਹੀ ਹੈ ਦੋਸਤੋ ਐਦੀ ਦੇਖੋ ਕੋਈ ਪਰਿੰਦਾ ਹੋਵੇ ਸਾਹਮਣੇ ਆ ਜਾਵੇ ਬਾਹਰ ਆ ਜਾਵੇ ਇਹ ਦੇਖੋ ਕੋਈ ਲਾਈਟਾਂ ਨੇ ਦੋਸਤੋ ਦੇਖ ਰਹੇ ਤੁਸੀਂ ਤੁਹਾਨੂੰ ਦਿਖਾਈਆਂ ਕਿ ਬੱਦਲਾਂ ਦੇ ਵਿੱਚ ਕੈਸੀਆਂ ਕੋਈ ਲਾਈਟਾਂ ਵਾ ਜਾਂ ਕੋਈ ਐਸੀਆਂ ਚੀਜ਼ਾਂ ਵਾ ਜਾਂ ਕਿਹੜੀ ਐਸੀ ਚੀਜ਼ ਆ ਜਿਹੜੀ ਉਹ ਨਜ਼ਰ ਆ ਰਹੀ ਅਤੇ ਕਾਫੀ ਦੇਰ ਤੋਂ ਮੈਂ ਦੇਖ ਰਿਹਾ ਕਿਉਂਕਿ ਮੈਂ ਇਸੇ ਕੋਲੋਂ ਉਹਨਾਂ ਨੋਟ ਕਰ ਰਿਹਾ ਸੀ ਵੀ ਤੁਹਾਨੂੰ ਚਲੋ ਨੋਟ ਕਰਕੇ ਦਿਖਾਉਣਾ ਅਤੇ ਉਹ ਤੁਹਾਨੂੰ ਦਿਖਾਇਆ ਕਿਹੜੀ ਐਸੀ ਚੀਜ਼ ਹੋ ਸਕਦੀ ਹੈ ਦੱਸਿਓ ਕੋਈ ਪਰਿੰਦਾ ਹੋ ਸਕਦਾ ਜਾਂ ਮੇਰਾ ਕੋਈ ਐਸਾ ਕਿਉਂਕਿ ਸਾਡੇ ਤਾਂ ਇੱਥੇ ਆਲੇ ਦੁਆਲੇ ਤਾਂ ਕੋਈ ਐਸੀ ਲਾਈਟ ਹੀ ਨਹੀਂ ਲੱਗੀ ਹੋਈ ਜਿਹੜੀ ਕੋਈ ਕਹਾਂ ਵੀ ਲਾਈਟ ਲੱਗੀ ਹੋਵੇ ਯਾਰ ਚਲੋ ਕੋਈ ਹੋਰ ਘੁੰਮਦੀਆਂ ਉਹਦੇ ਉਹ ਕੋਈ ਚੀਜ਼ ਹੀ ਨਹੀਂ ਐਸੀ ਲਿਹਾਜ਼ਾ ਕੋਈ ਐਸਾ ਪਰਿੰਦਾ ਵੀ ਨਹੀਂ ਜਿਹੜਾ ਸਾਹਮਣੇ ਆ ਜਾਵੇ ਅਤੇ ਕੁਦਰਤ ਵਾਲੇ ਦਾ ਕੰਮ ਆ ਪਤਾ ਨਹੀਂ ਕੀ ਹੈ ਜੀ ਇਹ ਦੇਖੋ ਫਿਰ ਦਿਖਾ ਰਿਹਾ ਤੁਹਾਨੂੰ ਇਹ ਦੇਖੋ ਬੱਦਲ ਦੇ ਵਿੱਚ ਲਾਈਟਾਂ ਇਹ ਦੇਖੋ ਪਰਿੰਦੇ ਵੀ ਨਹੀਂ ਨਜ਼ਰ ਆਉਂਦੇ ਵੀ ਜੇ ਪਰਿੰਦੇ ਹੁਣ ਬਾਹਰ ਨਿਕਲਣ ਯਾਰ ਇਹ ਦੇਖੋ ਦੋਸਤੋ ਕਿਹੜੀ ਚੀਜ਼ ਆ ਕਮੈਂਟ ਬਾਕਸ ਵਿੱਚ ਮੈਨੂੰ ਦੱਸਿਓ ਜ਼ਰੂਰ ਲਾਜ਼ਮੀ ਹੈ ਕਿਹੜੀ ਐਸੀ ਚੀਜ਼ ਆ ਦੋਸਤੋ ਦੇਖੋ
ਇੱਕਦਮ ਪਤਾ ਕਿਸੇ ਦਾ ਕਬੂਤਰ ਲੈ ਗਏ ਯਾਰ, ਕੋਈ ਘਾਟਾ ਵਾਧਾ ਕੋਈ ਚੀਜ਼ ਹੀ ਨਹੀਂ, ਕੋਈ ਚੱਕਰ ਹੀ ਨਹੀਂ ਐਸਾ। ਦੇਖਿਆ ਦੋਸਤੋ ਤੁਹਾਨੂੰ ਦਿਖਾ ਰਹੇ ਕਿਹੜੀਆਂ ਚੀਜ਼ਾਂ ਕਿਸ ਤਰ੍ਹਾਂ ਵਾ ਸਾਡੇ ਸੂਫੀ ਸਾਹਿਬ ਮਾਸ਼ਾਅੱਲਾ ਆਰਾਮ ਕਰ ਰਹੇ। ਹਾਂਜੀ ਬਾਬਾ ਸ਼ੇਰ ਮਾਲਕ ਕਾਇਨਾਤ ਜੀ ਨੂੰ ਹਰ ਬੁਰੇ ਵਕਤ ਤੋਂ ਬਚਾਏ ਅਤੇ ਹਰ ਬੁਰੀ ਨਜ਼ਰ ਤੋਂ ਬਚਾਏ ਸਾਡੇ ਯਾਦਗਰ ਨੂੰ। ਅੱਲਾਹ ਪਾਕ ਸੋਹਣਾ ਕਰਮ ਕਰੇ ਜੀ, ਮਾਲਕ ਖਿਆਲ ਰੱਖੇ ਜਿਹੜੀਆਂ ਸਾਡੀਆਂ ਰਾਤ ਆਰਾਮ ਕਰ ਰਹੀਆਂ ਜੀ, ਸੁੱਤੀਆਂ ਨੇ। ਦੇਖੋ ਜੀ ਆਪਣੀ ਆਪਣੀ ਜਗ੍ਹਾ ਸੁੱਤੀਆਂ, ਕੋਈ ਪਿੰਜਰੇ ਦੇ ਵਿੱਚ ਕਿਤੇ ਆ। ਦੇਖੋ ਜੀ ਇਹ ਜਾਨਵਰ ਨੂੰ ਵੀ ਪਤਾ ਵਾ, ਪਰਿੰਦਿਆਂ ਨੂੰ ਪਤਾ ਕਿ ਅੱਲਾਹ ਦੀ ਜ਼ਾਤ ਪਾਕ ਨੇ ਇਹ ਰਾਤ ਬਣਾਈ ਆ ਆਰਾਮ ਕਰਨ ਵਾਸਤੇ, ਸੌਣ ਵਾਸਤੇ। ਅਗਰ ਨਹੀਂ ਸੌਂਦੇ, ਅਸੀਂ ਨਹੀਂ ਆਰਾਮ ਕਰਦੇ ਤਾਂ ਉਹ ਅਸੀਂ ਇਨਸਾਨ ਹੀ ਹਾਂ ਜਿਨ੍ਹਾਂ ਨੂੰ ਕੋਈ ਨਹੀਂ। ਅਸੀਂ ਸਾਰਾ ਦਿਨ ਸੌਂਦੇ ਹਾਂ ਮਰਜ਼ੀ ਨਾਲ ਅਤੇ ਰਾਤ ਨੂੰ ਜਨਾਬ ਅਸੀਂ ਜਾਗਦੇ ਹਾਂ ਕਿ ਅਸੀਂ ਰਾਤਾਂ ਜਾਗੀਏ ਅਤੇ ਦਿਨੇ ਆਪੇ ਸੌਣਾਂਗੇ। ਇਹ ਦਿਨ ਨੂੰ ਆਪਣਾ ਜੋ ਵੀ ਮਾੜਾ ਚੰਗਾ ਇੱਕ ਦੂਜੇ ਦੇ ਨਾਲ ਪਿਆਰ ਬਣਾ ਉੱਡ ਨੱਚ ਕੇ ਆਪਣੀ ਟਾਈਮ ਗੁਜ਼ਾਰਦੇ, ਰਾਤ ਨੂੰ ਆਰਾਮ ਕਰਦੇ। ਅਤੇ ਜੀ ਚੱਲਦੇ ਹਾਂ ਥੱਲੇ ਜਨਾਬ, ਖਾਣੇ ਛਾਣੇ ਦਾ ਟਾਈਮ ਦੇਖੀਏ ਜੀ। ਨਾ ਨਾ ਦੋ ਚੰਗਾ ਨਹੀਂ